उत्तर दिखा भाई भाई बात ही अलग है मेरी पक्की भरा हुई बड़ी वीडियो ਰਾ ਭਾਜੀ ਛੂਟ ਤੁਹਾਡਾ ਵੀ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਕਾਫੀ ਮਾੜੇ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਆ ਅਸੀਂ ਰਾਜਪੁਰਾ ਦੇ ਨੇੜੇ ਚਿਤਕਾਰਾ ਤੇ ਨੀਲਮ ਹਸਪਤਾਲ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਔਰ ਦੱਸਿਆ ਜਾ ਰਿਹਾ ਕਿ ਨਹਿਰ ਦਾ ਇੱਕ ਪਾਰਟ ਟੁੱਟਣ ਕਰਕੇ ਜਿਹੜਾ ਹੈ ਦੇਖੋ ਤੁਸੀਂ ਪਾਣੀ ਇਹ ਨੀਲਮ ਹਸਪੀਟਲ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਪ੍ਰਸ਼ਾਸਨ ਹੈਗਾ ਉਰੇ ਇਸ ਟਾਈਮ ਮੌਜੂਦ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਉੱਥੇ ਹੀ ਰਾਜਪੁਰਾ ਤੋਂ ਨਿਊਜ਼ 89 ਪੰਜਾਬ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਰਾਜਪੁਰਾ ਸ਼ਹਿਰ ਦਾ ਇਸ ਟਾਈਮ ਕੀ ਹਾਲ ਹੈ ਰਾਜਪੁਰਾ ਸ਼ਹਿਰ ਤੋਂ 6 ਕਿਲੋਮੀਟਰ ਦੂਰ ਜਿਹੜਾ ਹੈਗਾ ਨੀਲਮ ਹਸਪੀਟਲ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਉਰੇ ਕਿੰਨਾ ਮਾੜਾ ਹਾਲ ਹੈ ਅਤੇ ਜਿਹੜੇ ਰਾਹਤ ਦੇ ਕੰਮ ਜਿਹੜੇ ਚਲਾਏ ਜਾ ਰਹੇ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਉਰੇ ਇਸ ਟਾਈਮ ਮੌਜੂਦ ਹੈ ਅਤੇ ਤੁਸੀਂ ਨੀਲਮ ਹਸਪੀਟਲ ਦੇ ਅੰਦਰ ਤੁਹਾਨੂੰ ਇਸ ਟਾਈਮ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਹੈ ਉਹ ਕਾਫੀ ਮਦਦ ਕਰਨ ਵਾਸਤੇ ਜਿਹੜੇ ਹੈ ਅੱਗੇ ਆਏ ਹੈ ਅਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ ਲੈ ਕੇ ਮਰੀਜ਼ਾਂ ਨੂੰ ਜਿਹੜਾ ਹੈ ਜਿਹੜਾ ਉਰ ਤੋਂ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰਕੇ ਦਿਖਾਉਣਗੇ ਇੱਕ ਵਾਰੀ ਕਿ ਕਿਸ ਤਰ੍ਹਾਂ ਟਰਾਲੀਆਂ ਦੇ ਵਿੱਚੋਂ ਜਿਹੜੇ ਇਹ ਆਪਣਾ ਜਿਹੜੇ ਪਿੰਡਾਂ ਦੇ ਲੋਕ ਹੈ ਉਹ ਬੇਸਮੈਂਟ ਦੇ ਵਿੱਚੋਂ ਜਿਹੜੇ ਮਰੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਰੇ ਕਾਫੀ ਜਿਹੜਾ ਹੈਗਾ ਉਰੇ ਪਾਣੀ ਆ ਚੁੱਕਿਆ ਅਤੇ ਤੁਸੀਂ ਦੇਖ ਸਕਦੇ ਹੋ ਅਤੇ ਪਿੰਡਾਂ ਦੇ ਲੋਕ ਉਰੇ ਕਾਫੀ ਮਦਦ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਚਿਤਕਾਰਾ ਯੂਨੀਵਰਸਿਟੀ ਦੀ ਚਿਤਕਾਰਾ ਯੂਨੀਵਰਸਿਟੀ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਉਰੇ ਵੀ ਕਾਫੀ ਜਿਹੜਾ ਹੈਗਾ ਪਾਣੀ ਜਿਹੜਾ ਹੈ ਆ ਚੁੱਕਿਆ ਅਤੇ ਥੋੜ੍ਹੀ ਦੇਰ ਦੇ ਵਿੱਚ ਡੀਸੀ ਮੈਡਮ ਜਿਹੜੇ ਹੈ ਉਰੇ ਪਹੁੰਚ ਸਕਦੇ ਹੈ ਅਤੇ SDM ਸਾਹਿਬ ਉਰੇ ਮੌਜੂਦ ਸੀਗੇ ਮੈਡਮ ਅਤੇ ਮੈਡਮ ਨੀਨਾ ਮਿੱਤਲ MLA ਲਗਾਤਾਰ ਜਿਹੜੇ ਹੈ ਇਸ ਆਪਦਾ 'ਤੇ ਜਿਹੜੀ ਹੈ ਨਜ਼ਰ ਬਣਾਏ ਹੋਏ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਸੰਖਿਆ ਦੇ ਵਿੱਚ ਪਿੰਡਾਂ ਦੇ ਲੋਕ ਉਰੇ ਮੌਜੂਦ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਉਣਗੇ ਬਨੂੜ ਦੇ SHO ਜਿਹੜੇ ਹੈਗੇ ਕਿਰਪਾਲ ਜੀ ਵੀ ਉਰੇ ਇਸ ਟਾਈਮ ਮੌਜੂਦ ਹੈ ਆਪਾਂ ਗੱਲਬਾਤ ਕਰ ਲੈਂਦੇ ਹਾਂ ਸਰ ਕਿਸ ਤਰ੍ਹਾਂ ਦੇ ਤੁਹਾਡੇ ਕੱਪੜੇ ਸਾਰੇ ਅੱਜ ਲਿਬੜੇ ਪਏ ਆ ਤੁਸੀਂ ਕੀ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਨਹੀਂ ਹੁਣ ਤਾਂ ਕਾਫੀ ਮਤਲਬ ਫਰਕ ਹੈ ਪਿੱਛੇ ਕਾਫੀ ਮਤਲਬ SOA ਨਹਿਰ ਦਾ ਟੁੱਟ ਗਿਆ ਸੀਗਾ ਮਨ ਉਹਨੂੰ ਲਵਾ ਕੇ ਹੁਣੇ ਮਤਲਬ ਹੁਣ ਬਿਲਕੁਲ ਸ਼ਾਂਤੀ ਹੈ ਇੱਕ ਥੋੜ੍ਹਾ ਜਿਹਾ ਪਿੱਛੇ ਆ ਚਿਤਕਾਰਾ ਦੇ ਬੈਕ ਸਾਈਡ 'ਤੇ ਟੁੱਟ ਗਿਆ ਸੀਗਾ ਉਹ ਵੀ ਬਿਲਕੁਲ ਹੁਣ ਬਿਲਕੁਲ ਸ਼ਾਂਤ ਅਤੇ ਸਰ ਇੱਥੇ ਕੀ ਵੀ ਰਾਹਤ ਕਾਰਜ ਚੱਲ ਰਿਹਾ ਹੈਗਾ ਜਿਹੜਾ ਨੀਲਮ ਹਸਪੀਟਲ ਦੇ ਅੰਦਰ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਲਾਇਆ ਇੱਥੇ ਲੱਗਿਆ ਕਾਫੀ ਲੱਗਿਆ ਪਹਿਲਾਂ ਤਾਂ ਬਿਲਕੁਲ ਹੀ ਮਤਲਬ ਕਾਫੀ ਮਤਲਬ ਟਰੈਲੀਆਂ ਵਗੈਰਾ ਲੈ ਕੇ ਆਏ ਨੇ ਪਿੰਡਾਂ ਵਾਲੇ ਅਤੇ ਉਹ ਮਤਲਬ ਚੱਲ ਰਿਹਾ ਕੋਈ ਨਾ ਠੀਕ ਹੈ ਜੀ ਧੰਨਵਾਦ ਜੀ ਇਹ ਸੀਗੇ SHO ਬਨੂੜ ਕਿਰਪਾਲ ਜੀ ਅਤੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਰਾਹਤ ਕਾਰਜ ਚੱਲ ਰਿਹਾ ਮੈਡਮ ਨੀਨਾ ਮਿੱਤਲ ਵੀ ਉਰੇ ਮੌਜੂਦ ਸੀਗੇ ਜੋ ਦੱਸਿਆ ਜਾ ਰਿਹਾ ਕਿ ਚਿਤਕਾਰਾ ਯੂਨੀਵਰਸਿਟੀ ਦੇ ਅੰਦਰ ਪੂਰੀ ਤਰ੍ਹਾਂ ਜਿਹੜਾ ਹੈ ਪਾਣੀ ਨੇ ਮਾਰ ਆਪਣੀ ਕੀਤੀ ਹੈ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਡਮ ਨੀਨਾ ਮਿੱਤਲ ਦੇ ਜਿਹੜੇ ਪੂਰਾ ਪਰਿਵਾਰ ਜਿਹੜਾ ਉਰੇ ਇਸ ਟਾਈਮ ਮੌਜੂਦ ਹੈ ਅਤੇ ਥੋੜ੍ਹੀ ਦੇਰ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਮੈਡਮ ਵੀ ਜਿਹੜੇ ਹੈ ਉਰੇ ਪਹੁੰਚਣਗੇ ਅਤੇ ਰਾਹਤ ਕਾਰਜ ਦਾ ਜਾਇਜ਼ਾ ਲੈਣਗੇ ਲਗਾਤਾਰ ਤਸਵੀਰਾਂ ਨੂੰ ਅਸੀਂ ਦਿਖਾ ਰਹੇ ਹਾਂ ਅਤੇ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਕਿੰਨਾ ਪਾਣੀ ਜਿਹੜਾ ਹੈ ਰਾਹਤ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸਟਾਫ ਨੂੰ ਲੈ ਕੇ ਜਿਹੜੀ ਟਰਾਲੀ ਉਰ ਤੋਂ ਨਿਕਲੀ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਉਰੇ ਮੌਜੂਦ ਹੈ ਲੋਕ ਜਿਹੜੇ ਹੈ ਉਰੇ ਦੇਖਣ ਵਾਸਤੇ ਆਏ ਹੈ ਅਤੇ ਕੁਛ ਲੋਕ ਉਰੇ ਮਦਦ ਜਿਹੜੀ ਹੈ ਮਦਦ ਵੀ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਮੇਰੀ ਤੁਹਾਨੂੰ ਬਹੁਤ ਹੀ ਦੱਸ
कुछ इंफॉर्मेशन जी है इस वास्ते आई है कि रस्ते जड़े हैं कितने खुले हैं कितने बंद है साढ़े नाल इस टाइम फिर दोबारा तो एक बार फिर मौजूद है एस एच ओ बनूड़ की कहना चाहोगे कृपाल जी। एक तो आप यही बाकी तो सारे रास्ते नो प्रॉब्लम है। एक जो मतलब लैली जाने आप बनूड़ तो लैली रोड वो बिल्कुल ब्लॉक है। एक बनूड़ तो लांडरा रोड वो बिल्कुल ब्लॉक है। वो तो ना ट्रैफिक जाया जाए होर भी अपने ग्रुपा वगैरह जो है मतलब दसिया जाए भी वो रोड न ना जाया जाए। ठीक है जी। सो तो दस रहे थे कृपाल जी कि रोड जी है इस टाइम ब्लॉक हो चुकी है तो तुम उस रस्ते ना ही जाओ तो ज़्यादा वधिया रहेगा। तो तुहानू लगातार तस्वीरां दे विच दिखा रहे हैं तुसी देख पा रहे हो अपना आप गल कर लैने सर किस तरह के राहत कार्य चल रहे हैं न्यूज़ 18 इन पंजाब ते तुसी लाइव हो की कहना चाहोगे। बहुत बुरी गल है भी जिहड़ा पानी सारे कितों आ गया ये नहर भी टुट गई है पर साडी सारी पब्लिक सारी एडमिनिस्ट्रेशन बार स्केल ते लगी है जिहड़े पेशेंट्स अंदर है उन्होंने कढ़िया जा रहा है सारे पिंड वासी लोकल लाके ट्रैक्टर ट्रालियां राही उम्मीद है भी इतने कोई जानी माली नुकसान नहीं होंगे वागे। ठीक है सर हूँ डीसी मैडम जो है पहुंचने वाले हैं की कहना चाहोगे उस बारे में। नहीं वो सारी एडमिनिस्ट्रेशन लगी हुई है मैडम डीसी SDM साढ़े सारी पुलिस फोर्स सारे लगे हुए हैं MLA साहब खुद लगे हुए हैं ताकि कोई किसी का जानी माली नुकसान ना हो जो कुदरती कह रहा है वो नाल चलन की अपनी शक्ति दे परमात्मा सारे। ठीक है धन्यवाद जी। ये सके मैडम नीना मित्तल के हसबेंड जो पूरा परिवार जो है अज रोड से उतरिया हुआ लोगों की मदद करने वास्ते गल कर लें आप अपना की कहना चाहोगे मेरी जी जो पता लगे थोड़ी बेटी भी जी है अंदर इष्ट। हाँ कल तो मेरी बेटी नूं कुछ पेट की प्रॉब्लम सी इनफेक्शन सी कल दे इत्थे एडमिट सीगे तो मैं दो मिनट लिए घर गया तो मैं वाइफ का फोन आया भी बेसमेंट सारी पानी नाल भर गई है तो मैं आप पानी दे विचों जाके बेटी नूं कढ़ के लाया होर पेशेंट भी कढ़े हैं अंदर जिहड़ी स्थिति है अंदर बेसमेंट सारी पानी नाल भर चुकी है। तो नीलम प्रशासन वालों MLA साहब वालों पूरी मरीजां की मदद की जा रही है एक भी मरीज नूं इत्थे नहीं छड्डिया जाए सारे मरीज तो शिफ्ट किए जाते हैं। सो तुसीं देख सकते हो कि मैडम डीसी मैडम भी लगता मैनूं पहुँच चुके हैं दूरों मैनूं गड्डियां जिहड़ियां आंदियां नज़र आ रही हैं आपां गलबात करन दी कोशिश करांगे। सो लगता है कि वह बनूड़ वाल जिहड़ा है निकल चुके हैं क्योंकि उत्थे हालात जिहड़े हैं इस टाइम बहुत नाजुक बने हुए हैं पानी नूं लैके। फिलहाल तुहानूं राजपुर की अपडेट लगातार असी देंदे रहांगे लाइव तुसीं साडे नाल बने रहो कैमरामैन मोहित दे नाल संदीप चौधरी न्यूज़ 18 पंजाब।